ਸਾਡੇ ਘਰ 'ਚ ਤਾਂ ਭਾਈ ਜਵਾਕਾਂ ਦੇ ਫੁੱਫੜ ਦੇ ਹੁਕਮ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿਲਦਾ। ਸਾਡਾ ਪ੍ਰਾਹੁਣਾ ਅਰਜਨ ਸਿੰਘ ਜੇ ਭਾਈ ਇਸ ਰਿਸ਼ਤੇ ਨੂੰ ਹਾਂ ਕਰੂ ਤਾਂ ਹਾਂ ਹੈ, ਜੇ ਨਾ ਕਰਤੀ ਤਾਂ ਫਿਰ ਨਾ। ਸੁੱਖ ਨਾਲ ਬੇਬੇ ਆ, ਬਾਪੂ ਹੈ ਤੇ ਕੱਲਾ ਮੁੰਡਾ ਕਿ ਸਾਡਾ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ। ਇਹੋ ਜਿਹੇ ਪ੍ਰਾਹੁਣੇ ਦਾ ਫਾਇਦਾ ਕੀ ਜਿਹੜਾ ਸਹੁਰੇ ਆ ਕੇ ਲਲਕ ਲੈਣਾ ਮਾਰੇ। ਫੁੱਫੜ ਜੀ ਦੀ ਜਿਉਂਦੀ ਜੀ ਮੇਰਾ ਵਿਆਹ ਨਹੀਂ ਹੋਣਾ। देखी पाली ए ना करी। क्यों? जो तेरा फाहा वड्या जाऊगा ताही ता मेरी वारी आओगी। आ पखे नु समझाओ भी फुफड़ इथे पिया है, ए किते होरी घूमी जांदा है। पखे नु की पता कि तुसी साडे फुफड़ो। मेरा सोना वड्डा होके की बनूंगा? जेड़ा हिसाब किताब है मैं ता फुफड़ी बनूंगा। जे किते मैं अपनी आई ते आ गया ना, आ थोड़े वाला मुर्गा आथणे मेरे पतीले च, ए तुसी दोए जाने हस्पताल च होवोगे। और रहण दे, किते तू पतीले ते तेरा मुर्गा हस्पताल ना पिया होवे। मुर्गे बांगा मारदे चंगे लगदे आ, ललकारे मारदे नहीं। किते आड़ी रीज मेरी पूरी हो। ए मेरे यार गुरमुख सिंह दे पतीये दा रिश्ता लेके आए आ। जे बापू जी ने मोहर लाती तां ठीक ही होणा। नचणो ना रुकी तू शकीन जट्टिए, बोलियां दा पाऊ जट मीं देख लै। ਇਸ ਮੌਕੇ ਤੇ ਫੋਟੋ ਤਾਂ ਜ਼ਰੂਰ ਬਣਦੀ ਹੈ ਨਾ। ਥੋੜਾ ਜਿਹਾ ਹੱਸ ਕੇ ਫੁੱਫੜ ਜੀ, ਹੱਸ ਕੇ ਫੁੱਫੜ ਜੀ, ਥੋੜਾ ਜਿਹਾ ਹੋਰ। ਤੂੰ ਐਂ ਕਰ, ਤਿੰਨ ਚਾਰ ਚੁਟਕਲੇ ਸੁਣਾ ਦੇ, ਜਦੋਂ ਹਾਸਾ ਆ ਗਿਆ ਉਦੋਂ ਫੋਟੋ ਖਿੱਚੀ। ਹੱਸ ਗਈ ਗਰਾਰੀ ਹੁੰਦੀ ਮਾੜੀ ਜੱਟਾਂ ਦੀ। ਇੱਕ ਵਾਰੀ ਸਾਡੇ ਪਿੰਡ 'ਚ ਕਾਲੇ ਕੱਛੇ ਵਾਲੇ ਆ ਗਏ, ਪੂਰੇ 30 ਬੰਦੇ, 30 ਦੇ 30 ਕੱਛੇ ਲਾ ਕੇ ਫੈਂਟੇ ਅਰਜਨ ਸਿਉ ਨੇ। ਉਹ ਆ ਜਵਾਂ ਝੂਠਾ। ਮੈਂ ਫਿਰ ਪਿੰਡ ਨੂੰ ਚੱਲਦਾ ਹੈ। ਨਹੀਂ ਨਹੀਂ ਨਹੀਂ, ਪ੍ਰਾਹੁਣਾ ਨਾਰਾਜ਼ ਸਾਨ ਬੰਦਾ, ਕੁੱਟ ਸਕਦਾ। ਫੁੱਫੜ ਦੇ ਰੋਟੀ ਨਾ ਖਾਦੀ ਤਾਂ ਸਾਰੇ ਭੁੱਖੇ ਸੌਂਗੇ। ਪੁੱਤ ਜਵਾਈ ਭਾਈ ਤੋਂ ਪਹਿਲਾਂ ਰੋਟੀ ਖਾਂਦੇ ਚੰਗੇ ਨਹੀਂ ਲੱਗਦੇ। ਬੇਬੇ ਮੈਨੂੰ ਤੁਸੀਂ ਅੱਜ ਤੋਂ ਜਵਾਈ ਨਹੀਂ, ਘਰ ਦਾ ਪੁੱਤ ਸਮਝੋ। ਪਿੱਪਲੀ ਦੇ ਪੱਤਿਆਂ ਕਿਉਂ ਛੜ ਛੜ ਲਾਈ ਆ, ਚੜ ਜਾ ਚੜ ਜਾ, ਰੁੱਤ ਨਵਿਆਂ ਦੀ ਆਈ ਆ। ਬਣਦਾ ਨਹੀਂ ਖੋਇਆ ਕਦੇ ਜਾਲੀ ਦੁੱਧ ਤੋਂ, ਹਾਂਜੀ ਜਾਲੀ ਦੁੱਧ ਤੋਂ। ਘਰ ਦੀ ਮੁਖਤਿਆਰੀ ਸਾਂਭਣ ਵਾਸਤੇ ਆਪਣੇ ਤੇ ਕੁਰਸੀ ਦੇ ਪੈਰ ਬਹੁਤ ਮਜ਼ਬੂਤ ਹੋਣੇ ਚਾਹੀਦੇ ਆ। सारा पानी ना डोलियो, फुफड़ जी नु चाहिदा सी। ओहो हुण तां सारा डोल गया, हुण फुफड़ जी की करनगे? फुफड़ जी नु कहीं किसी करके आ जाओ। आया भी नवे प्रौणे आ।